प्यारे विद्यार्थियों सऱ्यां नो प्यार परी सत श्री अकाल मैं गुरप्रीत कौर आज ਤੁਹਾਨੂੰ ਪੰਜਵੀਂ ਜਮਾਤ ਦੇ ਵਿਸ਼ੇ ਨਾਲ ਸੰਬੰਧਿਤ ਪਾਠ ਇੱਕ ਬਾਗ ਦੀ ਸੈਰ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਇਸ ਲਈ ਸਾਰੇ ਵਿਦਿਆਰਥੀ ਆਪਣੀ ਸਾਹਿਤ ਦੀ ਕਿਤਾਬ ਪੰਜਾਬੀ ਕਿਕਲੀ ਪੰਜਾਬੀ ਪਾਠਮਾਲਾ ਦਾ ਪੰਨਾ ਨੰਬਰ 5 ਖੋਲ ਕੇ ਤਿਆਰ ਹੋ ਕੇ ਬੈਠੋ ਅੱਜ ਅਸੀਂ ਪਾਠ 1 ਬਾਗ ਦੀ ਸੈਰ ਪੜ੍ਹਾਂਗੇ ਜੋ ਕਿ ਇੱਕ ਕਵਿਤਾ ਹੈ ਕਿਉਂਕਿ ਅਸੀਂ ਵਰਣਮਾਲਾ ਅਤੇ ਲਗਾ ਦੀ ਕਾਫੀ ਦੁਹਰਾਈ ਕਰ ਚੁੱਕੇ ਹਾਂ ਤਾਂ ਆਓ ਛੋਟੇ-ਛੋਟੇ ਸ਼ਬਦ ਜੋੜ ਕੇ ਕਵਿਤਾ ਨੂੰ ਪੜ੍ਹੀਏ ਅਤੇ ਸਮਝੀਏ ਪਾਠ 1 कविता बाग दी सैर आओ बाग दी करिए सैर एक दूजे दी मंग दे खैर फुल्ला दी है आई बहार ਰੰਗ ਬਰੰਗੇ ਖੇੜੇ ਹਜ਼ਾਰ ਵਿਦਿਆਰਥੀਓ ਇਸ ਕਵਿਤਾ ਵਿੱਚ ਸਾਨੂੰ ਕਵੀ ਨੇ ਬਾਗ ਦੀ ਸੈਰ ਕਰਨ ਦੇ ਲਾਭ ਦੱਸੇ ਹਨ ਆਓ ਪੜੀਏ ਕਵੀ ਕਹਿੰਦਾ ਹੈ ਕਿ ਆਓ ਅਸੀਂ ਸਾਰੇ ਬਾਗ ਦੀ ਸੈਰ ਕਰੀਏ ਤਾਂ ਕਿ ਸੈਰ ਕਰਨ ਨਾਲ ਸਾਰੇ ਤੰਦਰੁਸਤ ਬਣੇ ਰਹਿਣ ਬਾਗ ਵਿੱਚ ਫੁੱਲਾਂ ਦੀ ਬਹਾਰ ਭਾਵੇਂ ਬਹੁਤ سارے ਫੁੱਲ ਖਿੜੇ ਹਨ ਜੋ ਕਿ ਵੱਖ-ਵੱਖ ਰੰਗਾਂ ਦੇ ਹਨ ਅਤੇ ਮਨ ਨੂੰ ਖੁਸ਼ ਕਰ ਦਿੰਦੇ ਹਨ ਇਸ ਲਈ ਆਓ ਅਸੀਂ ਸਾਰੇ ਬਾਗ ਵਿੱਚ ਸੈਰ ਕਰੀ ਇਸੇ ਤਰ੍ਹਾਂ ਹੀ ਆਓ ਹੁਣ ਅਸੀਂ ਦੂਜਾ ਪੈਰਾ ਪੜਦੇ ਹਾਂ ਤਾਜ਼ੇ ਤਾਜ਼ੇ ਲਟਕਣ ਫਲ ਭਾਵ ਬਾਗ ਵਿੱਚ ਕਈ ਤਰ੍ਹਾਂ ਦੇ ਤਾਜ਼ੇ ਤਾਜ਼ੇ ਫਲ ਲਟਕ ਰਹੇ ਹਨ ਜਾਂ ਲੱਗੇ ਹੋਏ ਹਨ ਕੁਦਰਤ ਰਾਣੀ ਦਿੱਤੇ ਕਲ ਇਸ ਤਰ੍ਹਾਂ ਲੱਗਦਾ ਹੈ ਕਿ ਕੁਦਰਤ ਰਾਣੀ ਨੇ ਜਾਂ ਰੱਬ ਨੇ ਇਹ ਫਲ ਸਾਡੇ ਲਈ ਭੇਜੇ ਹਨ ਕਲ ਭਾਵ ਭੇਜਣਾ ਠੰਡੀਆਂ ਠੰਡੀਆਂ ਚੱਲਣ ਹਵਾਵਾਂ ਬਾਗ ਵਿੱਚ ਸੈਰ ਕਰਦੇ ਸਮੇਂ ਠੰਡੀਆਂ ਠੰਡੀਆਂ ਹਵਾਵਾਂ ਚਲਦੀਆਂ ਹਨ ਆਕਸੀਜਨ ਦੇ ਗੱਫੇ ਲਾਵਾ ਗੱਫੇ ਹੁੰਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਕਿਸੇ ਚੀਜ਼ ਦਾ ਮਿਲਣਾ ਇਸ ਲਈ ਜਿਹੜੇ ਵਿਅਕਤੀ ਬਾਗ ਵਿੱਚ ਸੈਰ ਕਰਦੇ ਹਨ ਤਾਂ ਉਹਨਾਂ ਨੂੰ ਠੰਡੀ ਹਵਾ ਚੱਲਣ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਸਾਫ਼ ਆਕਸੀਜਨ ਮਿਲਦੀ ਹੈ ਇਸ ਲਈ ਬਾਗ ਵਿੱਚ ਸੈਰ ਕਰਨ ਜ਼ਰੂਰ ਜਾਓ ਤੀਜਾ ਪੈਰੇ ਵਿੱਚ ਹੁਣ ਅਸੀਂ ਪੜ੍ਹਾਂਗੇ ਸੋਹਣੇ ਸੋਹਣੇ ਪੰਛੀ ਪਿਆਰੇ ਬਾਗ ਵਿੱਚ ਸੈਰ ਕਰਦੇ ਸਮੇਂ ਸਾਨੂੰ ਕਈ ਤਰ੍ਹਾਂ ਦੇ ਸੋਹਣੇ ਸੋਹਣੇ ਪੰਛੀ ਮਿਲਦੇ ਹਨ ਛੋਟੇ ਛੋਟੇ ਵੱਡੇ ਨਿਆਰੇ ਅਤੇ ਕਈ ਵਾਰ ਛੋਟੇ ਛੋਟੇ ਕਈ ਤਰ੍ਹਾਂ ਦੇ ਪਿਆਰੇ ਪਿਆਰੇ ਪੰਛੀ ਵੀ ਦਿਖਦੇ ਹਨ ਆਵਾਜ਼ਾਂ ਕਈ ਸੁਣਾਉਂਦੇ ਨੇ ਪੰਛੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹਨ ਸਭ ਦਾ ਮਨ ਬਹਿਲਾਉਂਦੇ ਨੇ ਅਤੇ ਬਾਗ ਵਿੱਚ ਸੈਰ ਕਰਨ ਵਾਲੇ ਸਾਰੇ ਲੋਕਾਂ ਦਾ ਮਨ ਖੁਸ਼ ਕਰ ਦਿੰਦੇ ਹਨ ਬਹਿਲਾਉਂਦੇ ਭਾਵ ਖੁਸ਼ ਕਰਨਾ ਵਿਦਿਆਰਥੀਓ ਕਿਉਂਕਿ ਅਸੀਂ ਇਸ ਕਵਿਤਾ ਦੇ ਪਹਿਲੇ ਤਿੰਨ ਪੈਰੇ ਪੜ ਚੁੱਕੇ ਹਾਂ ਤੁਸੀਂ ਇਨ੍ਹਾਂ ਪੈਰਿਆਂ ਦੀ ਵਿਆਖਿਆ ਨੂੰ ਧਿਆਨ ਨਾਲ ਪੜੋ ਅਤੇ ਸਮਝਣ ਤੋਂ ਬਾਅਦ ਇਹ ਪੁੱਛੀ ਗਈ ਪ੍ਰਸ਼ਨਾਂ ਦੇ ਉੱਤਰ ਆਪਣੀਆਂ ਪੰਜਾਬੀ ਦੀਆਂ ਕਾਪੀਆਂ ਵਿੱਚ ਲਿਖੋ पहला प्रश्न है बाघ विच किस दी बहार आई है प्रश्न नंबर दो कुदरत ने साडे की भेजा है प्रश्न तीन बाघ केड़ी गैस बहुत हुंदी है प्रश्न चार कौन आवाजा ਸੁਨਾ ਕੇ ਮਨ ਬਹਿਲਾਉਂਦੇ ਹਨ ਉਮੀਦ ਹੈ ਤੁਸੀਂ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਲਿਖ ਲਏ ਹੋਣਗੇ ਆਓ ਹੁਣ ਅਸੀਂ ਇਹਨਾਂ ਦੇ ਉੱਤਰ ਦੇਖਦੇ ਹਾਂ ਤੇ ਉਹਨਾਂ ਦੀ ਚਰਚਾ ਕਰਦੇ ਹਾਂ ਉੱਤਰ ਪਹਿਲਾ ਫੁੱਲਾਂ ਦੀ ਉੱਤਰ 2 ਤਾਜ਼ੇ ਫਲ ਉੱਤਰ ਨੰਬਰ 3 ਆਕਸੀਜਨ ਉੱਤਰ ਨੰਬਰ 4 ਪੰਛੀ ਆ ਹੁਣ ਅਗਲਾ ਪੈਰਾ ਪੜ੍ਹਦੇ ਹਾਂ ਕੋਇਲ ਕੂ ਕੂ ਬੋਲੇ ਬੋਲ ਬੋਲ ਵਿੱਚ ਮਿਸ਼ਰੀ ਕੋਲੇ ਪੀਹੂ ਪੀਹੂ ਬੋਲੇ ਮੋਰ ਤੁਰਦਾ ਹੈ ਮਸਤਾਨੀ ਤੋਰ ਬਾਗ ਵਿੱਚ ਕੋਇਲ ਕੂ ਕੂ ਕਰਕੇ ਮਿੱਠੇ ਮਿੱਠੇ ਮਿਸ਼ਰੀ ਵਰਗੇ ਬੋਲ ਬੋਲਦੀ ਹੈ ਅਤੇ ਇਸ ਤੋਂ ਇਲਾਵਾ ਮੋਰ ਵੀ ਪੀਹੂ ਪੀਹੂ ਬੋਲ ਕੇ ਮਸਤੀ ਨਾਲ ਤੁਰਦਾ ਹੈ 79 ਪੰणिमा ਪੈਰਾ ਪੜਾਂਗੇ ਪਹਿਲਾ ਪਾਵੇ ਖੰਭ ਫੈਲਾਵੇ ਭਾਵ ਜਦੋਂ ਮੋਰ ਬਾਗ ਵਿੱਚ ਨੱਚਦਾ ਹੈ ਪਹਿਲਾ ਪਾਵੇ ਮਤਲਬ ਨੱਚਣਾ ਪਹਿਲਾ ਪਾਵੇ ਖੰਭ ਫੈਲਾਵੇ ਜਦੋਂ ਮੋਰ ਬਾਗ ਵਿੱਚ ਨੱਚਦਾ ਹੈ ਤਾਂ ਆਪਣੇ ਖੰਭ ਖਿਲਾਰਦਾ ਹੈ ਨੀਲੇ ਹਰੇ ਕਈ ਰੰਗ ਵਿਖਾਵੇ ਅਤੇ ਜਦੋਂ ਨੱਚਦਾ ਹੈ ਤਾਂ ਸਾਨੂੰ ਆਪਣੇ ਹਰੇ ਅਤੇ ਨੀਲੇ ਅਤੇ ਹੋਰ ਕਈ ਰੰਗਾਂ ਦੇ ਰੰਗ ਵੀ ਦਿਖਾਉਂਦਾ ਹੈ ਜਿਹੜੇ ਸਵੇਰ ਦੀ ਸੈਰ ਨੇ ਕਰਦੇ ਇਸ ਲਈ ਜਿਹੜੇ ਲੋਕ ਸਵੇਰੇ ਸੈਰ ਕਰਨ ਜਾਂਦੇ ਹਨ ਸਿਹਤ ਆਪਣੀ ਦਾ ਦਮ ਪਰਦੇ ਉਹ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੇ ਹਨ ਦਮ ਪਰਣਾ ਭਾਵ ਖਿਆਲ ਰੱਖਣਾ ਇਸ ਲਈ ਸੈਰ ਕਰਨਾ ਬਹੁਤ ਜ਼ਰੂਰੀ ਹੈ ਆਓ ਅਸੀਂ ਇਹ ਪੜੇ ਹੋਏ ਪੈਰਿਆਂ ਦੇ ਵਿੱਚੋਂ ਕੁਝ ਪ੍ਰਸ਼ਨ ਪੁੱਛ ਕੇ ਦੁਹਰਾਈ ਕਰੀਏ ਪਹਿਲਾ ਪ੍ਰਸ਼ਨ ਹੈ ਕੂਹੂ ਕੂਹੂ ਕੌਣ ਕਰਦਾ ਹੈ ਪ੍ਰਸ਼ਨ 2 ਪਹਿਲਾਂ ਕੌਣ ਪਾਉਂਦਾ ਹੈ ਰਸ਼ਨ ਤੈਨ ਮਸਤਾਨੀ ਤੌਰ ਕੌਣ ਤੁਰਦਾ ਹੈ ਉਮੀਦ ਹੈ ਤੁਸੀਂ ਇਹਨਾਂ ਦੇ ਉੱਤਰ ਜ਼ਰੂਰ ਲਿਖ ਲਏ ਹੋਣਗੇ ਪਹਿਲਾ ਉੱਤਰ ਹੈ ਕੋਇਲ ਦੂਸਰਾ ਉੱਤਰ ਹੈ ਮੋਰ ਤੀਸਰਾ ਉੱਤਰ ਵੀ ਹੈ ਮੋਰ ਇਸ ਲਈ ਸਾਰੇ ਵਿਦਿਆਰਥੀ ਇਸ ਕਵਿਤਾ ਨੂੰ ਧਿਆਨ ਨਾਲ ਪੜੋ ਅਤੇ ਸਮਝੋ ਧੰਨਵਾਦ